ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਫਰਸਟ ਟਾਈਮ ਇਨੀ ਵਲੌਗ ਬਣਾਉਣ ਲੱਗੀ ਹਾਂ ਮੈਂ ਉਮੀਦ ਕਰਦੀ ਹਾਂ ਸਭ ਨੂੰ ਵਧੀਆ ਲੱਗੇ ਤੇ ਜੋ ਇਨਫੋਰਮੇਸ਼ਨ ਮੈਂ ਦੇਣੀ ਉਹ ਤੁਹਾਡੇ ਸਭ ਦੇ ਕੰਮ ਆਵੇ ਅੱਜ ਮੈਂ ਤੁਹਾਨੂੰ ਪਲਾਂਟ ਵਾਟਰਿੰਗ ਸਪਾਈਕਸ ਬਾਰੇ ਦੱਸਣਾ ਜੋ ਕਿ ਇੰਡੀਆ ਜਾਣ ਟਾਈਮ ਸਾਡੇ ਬਹੁਤ ਕੰਮ ਆਏ ਅਸੀਂ 15 ਦਿਨ ਲਈ ਇੰਡੀਆ ਗਏ ਦੁਬਈ ਦੇ ਵਿੱਚ ਉਸ ਟਾਈਮ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਤੇ ਪਿੱਛੋਂ ਮੈਨੂੰ ਮੇਰੇ ਪਲਾਂਟਸ ਦਾ ਫਿਕਰ ਸੀ ਕਿ ਪਾਣੀ ਕੌਣ ਦੇਵੇਗਾ ਫਿਰ ਮੈਨੂੰ ਇੰਟਰਨੈਟ ਤੋਂ ਪਲਾਂਟ ਵਾਟਰਿੰਗ ਸਪਾਈਕਸ ਬਾਰੇ ਪਤਾ ਲੱਗਾ ਤੁਸੀਂ ਯਕੀਨ ਮੰਨਿਓ ਇਹ ਸਾਡੇ ਲਈ ਬਹੁਤ ਹੈਲਪਫੁਲ ਸਿੱਧ ਹੋਏ ਇਹਨਾਂ ਨੂੰ ਫਿਟ ਕਰਨਾ ਬਹੁਤ ਸੌਖਾ ਸੀ ਪਾਣੀ ਦੀ ਬੋਤਲ ਵੱਡੀ ਜਾਂ ਨਿੱਕੀ ਲੈ ਲੈਣੀ ਉਸ ਦਾ ਢੱਕਣ ਲਾ ਦੇਣਾ ਤੇ ਢੱਕਣ ਦੀ ਜਗ੍ਹਾ ਤੇ ਇਹ ਸਪਾਈਕ ਲਗਾ ਦੇਣਾ ਇਸ ਦੇ ਨਾਲ ਇੱਕ ਇੱਕ ਬੂੰਦ ਪਾਣੀ ਦੀ ਡਿੱਗਦੀ ਰਹਿੰਦੀ ਹੈ ਜਿੰਨੀ ਪਾਣੀ ਦੀ ਸਪੀਡ ਤੁਹਾਨੂੰ ਚਾਹੀਦੀ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਐਡਜਸਟ ਕਰ ਸਕਦੇ ਹੋ ਤੁਸੀਂ ਯਕੀਨ ਮੰਨਿਓ ਇਹ ਲਗਾਉਣ ਤੋਂ ਬਾਅਦ ਜਦੋਂ ਅਸੀਂ 15 ਦਿਨ ਬਾਅਦ ਇੰਡੀਆ ਤੋਂ ਵਾਪਸ ਦੁਬਈ ਆਏ ਮੈਂ ਆਪਣੇ ਪਲਾਂਟਸ ਜਿੱਦਾਂ ਦੇ ਛੱਡ ਕੇ ਗਈ ਸੀ ਮੈਨੂੰ ਮੇਰੇ ਪਲਾਂਟਸ ਐਜ਼ ਇਟ ਇਜ਼ ਉਦਾਂ ਦੇ ਹੀ ਹਰੇ ਮਿਲੇ ਮੈਂ ਉਮੀਦ ਕਰਦੀ ਹਾਂ ਕਿ ਇਹ ਇਨਫੋਰਮੇਸ਼ਨ ਤੁਹਾਡੇ ਕੰਮ ਆਵੇਗੀ ਮੇਰੇ ਪਲਾਂਟਸ ਤੇ ਬਚ ਗਏ ਸੀ ਪਰ ਜਦ ਮੈਂ ਆਪਣੀ ਬਾਲਕਨੀ ਦੇਖੀ ਤੇ ਮੇਰੇ ਤਾਂ ਹੋਸ਼ ਹੀ ਉੱਡ ਗਏ ਕਿਉਂਕਿ ਮੇਰੇ ਜਾਣ ਪਿੱਛੋਂ ਬਹੁਤ ਜ਼ਿਆਦਾ ਤੇਜ਼ ਹਵਾ ਚੱਲਣ ਕਰਕੇ ਬਾਲਕਨੀ ਦੇ ਵਿੱਚ ਕਾਫੀ ਕੁਝ ਟੁੱਟ ਚੁੱਕਿਆ ਸੀ ਲੇਕਿਨ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਪਲਾਂਟਸ ਬਚ ਗਏ ਸੀ ਧੰਨਵਾਦ ਵੀਡੀਓ ਦੇਖਣ ਲਈ